2019 ਦੇ ਪੰਜਾਬੀ ਸਿਨੇਮਾ ਦੇ ਵਿੱਚ ਐਸੀਆਂ ਬਹੁਤ ਸਾਰੀ ਪੰਜਾਬੀ ਫਿਲਮਾਂ ਆਈਆਂ ਨੇ ਜਿਨ੍ਹਾਂ ਨੇ ਨਵੇਂ ਕਨਸੈਪਟ ਔਰ ਸਟੀਰੀਓਟਾਈਪ ਨੂੰ ਬ੍ਰੇਕ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ, ਨੋ ਮੈਟਰ ਉਹ ਹਿੱਟ ਹੋਈਆਂ ਜਾਂ ਫਲੋਪ। ਮੁਬਾਰਕਾਂ ਉਹਨਾਂ ਸਾਰੇ ਪੰਜਾਬੀ ਸਿਨੇਮਾ ਦੇ ਕ੍ਰੀਏਟਰਸ ਨੂੰ ਜਿਨ੍ਹਾਂ ਨੇ ਕੁਛ ਨਾ ਕੁਛ ਨਵਾਂ ਸ਼ੁੱਕਰਵਾਰ ਨੂੰ ਪੰਜਾਬੀ ਆਡੀਅੰਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸੇ ਦੇ ਚੱਲਦੇ ਪਿਛਲੇ ਸ਼ੁੱਕਰਵਾਰ ਯਾਨੀ ਕਿ 15 ਨਵੰਬਰ 2019 ਦੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸਰਗੁਣ ਮਹਿਰਾ ਦੀ ਬੀਨੂ ਢਿੱਲੋਂ ਸਟਾਰ ਫਿਲਮ ਚੱਲੇ। I mean so relatable. ਮੈਨੂੰ ਨਾ ਉੱਚੀ ਉੱਚੀ ਹੱਸਣ ਵਾਲੇ ਲੋਕ, ਉਹਨਾਂ ਦੀ ਹੱਸਣ ਦੀ ਉੱਚੀ ਉੱਚੀ ਆਵਾਜ਼, ਛੋਟੀਆਂ ਛੋਟੀਆਂ ਗੱਲਾਂ 'ਤੇ ਰੁਸਣਾ ਮਨਾਉਣਾ ਅਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਬੜੇ ਹੀ ਤਰੀਕੇ ਦੇ ਨਾਲ ਸਹਿ ਜਾਣਾ, ਰਾਤਾਂ ਨੂੰ ਗੱਲਾਂ ਕਰਨੀਆਂ, ਰੋਡ 'ਤੇ ਡਾਂਸ ਕਰਨਾ, ਸਟਰੀਟ ਲਾਈਟਸ ਦਾ ਬੰਦ ਬੁਝ ਹੋਣਾ, ਆਈ ਮੀਨ ਔਨ ਆਫ ਹੋਣਾ। ਪ੍ਰਿਤਪਾਲ, ਫੋਕਸ ਔਨ ਰਿਵਿਊ, ਡੋਂਟ ਗੈਟ ਪਰਸਨਲ। ਹਾਂ, ਮਤਲਬ ਇਸ ਪੁਆਇੰਟ ਤੱਕ ਆਉਂਦੇ ਆਉਂਦੇ ਤਾਂ ਮੈਂ ਫਿਲਮ ਨਾਲ ਟੋਟਲੀ ਰਿਲੇਟ ਕਰ ਚੁੱਕੀ ਸੀ। ਛੋਟੀ ਜਿਹੀ ਥਿਨ ਲਾਈਨ ਹੀ ਡਿਫਰੈਂਸ ਹੈ ਨੋਰਮਲ ਅਤੇ ਝੱਲੇ ਬੰਦਿਆਂ ਦੇ ਵਿੱਚ। ਨੋਰਮਲ ਹੋ ਕੇ ਵੀ ਉਹ ਓਵਰ ਸਮਾਰਟ ਵਾਲੀਆਂ ਗੱਲਾਂ ਕਰਦੇ ਹਨ, ਪਰ ਝੱਲੇ ਬੰਦੇ ਜਿੱਦਾਂ ਦੀ ਗੱਲ ਉਹਨੂੰ ਉਸੇ ਤਰ੍ਹਾਂ ਸਮਝਦੇ ਨੇ। ਫੋਰ ਐਗਜ਼ਾਮਪਲ, ਫਿਲਮ ਦੇ ਵਿੱਚ ਇੱਕ ਸੀਨ ਆਉਂਦਾ ਹੈ ਔਰ ਸ਼ੁਰੂਆਤ ਦੇ ਵਿੱਚ ਹੀ ਆਏਗਾ, ਜਦੋਂ ਨੀਨਾ ਦੇ ਫਾਦਰ ਯਾਨੀ ਕਿ ਪਵਨ ਮਲਹੋਤਰਾ ਸਰਗੁਣ ਮਹਿਤਾ ਨੂੰ ਕਿਸੇ ਗੱਲ ਲਈ ਮਨਾ ਕਰ ਰਹੇ ਹੁੰਦੇ ਔਰ ਉਹਨੂੰ ਕਹਿੰਦੇ ਕਿ ਯਾਰ ਛੱਡ, ਦਫਾ ਕਰ, ਤੂੰ ਗੋਲੀ ਮਾਰ। ਯੂ ਨੋ ਵਾਟ, ਨੀਨਾ ਯਾਨੀ ਕਿ ਸਰਗੁਣ ਮਹਿਤਾ ਐਕਚੁਅਲੀ ਕੋਈ ਮਾਰ ਦਿੰਦੀ ਹੈ। ਹਾਉ ਕਿਊਟ। ਦੇਖੋ, ਫਿਲਮ ਦਾ ਨਾਮ ਚੱਲੇ ਹੈ ਔਰ ਮੈਂ ਕੁਛ ਐਕਸਪੈਕਟ ਨਹੀਂ ਕਰਕੇ ਗਈ ਸੀ, ਜ਼ੀਰੋ ਐਕਸਪੈਕਟੇਸ਼ਨ ਸੀ ਮੈਨੂੰ ਇਸ ਫਿਲਮ ਤੋਂ, ਕਿਉਂਕਿ ਕਾਲਾ ਸ਼ਾਹ ਕਾਲਾ ਦਾ ਮੈਂ ਆਨੈਸਟ ਕਨਫੈਸ਼ਨ ਕਰਾਂਗੀ, ਲੇਕਿਨ ਜਦੋਂ ਮੈਂ ਫਿਲਮ ਦੇਖਣ ਗਈ, ਇਟਸ ਅ ਬਿਊਟੀਫੁਲ, ਇਮੋਸ਼ਨਲ ਔਰ ਬਹੁਤ ਹੀ ਸਿੰਪਲਿਸਿਟੀ ਦੇ ਨਾਲ ਸਭ ਚੀਜ਼ਾਂ ਦਿਖਾਈਆਂ। ਬਿਲੀਵ ਮੀ, ਜਿਹੜੀ ਚੀਜ਼ ਜਿੰਨੀ ਜ਼ਿਆਦਾ ਸਿੰਪਲ ਹੁੰਦੀ ਹੈ ਉਹਨੂੰ ਬਣਾਉਣ ਦੇ ਲਈ ਉਨੇ ਹੀ ਜ਼ਿਆਦਾ ਐਫਰਟ ਲੱਗਦੇ ਹੈ। ਸਤਿ ਸ਼੍ਰੀ ਅਕਾਲ, ਮੈਂ ਅਮ੍ਰਿਤਪਾਲ ਸਿੰਘ ਅਤੇ ਤੁਸੀਂ ਮੇਰੇ ਨਾਲ ਵੇਖ ਰਹੇ ਹੋ ਆਨੈਸਟ ਰਿਵਿਊ ਆਫ 15 ਨਵੰਬਰ ਰਿਲੀਜ਼ ਚੱਲੇ। ਯੂਜਲੀ ਆਪਾਂ ਆਨੈਸਟ ਰਿਵਿਊ ਦੀ ਸ਼ੁਰੂਆਤ ਜਦੋਂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਰਾਈਟਰਸ ਦੀ ਗੱਲ ਕਰਦੇ ਹਾਂ, ਬਿਕੋਜ਼ ਦੈਟਸ ਮਾਈ ਫੇਵਰੇਟ ਸੈਕਸ਼ਨ। ਲੇਕਿਨ ਇਸ ਵਾਰ ਇਸ ਫਿਲਮ ਦੇ ਵਿੱਚ ਔਰ ਪੰਜਾਬੀ ਸਿਨੇਮਾ ਦੇ ਵਿੱਚ ਵੀ ਨਾ, ਇਸ ਫਿਲਮ ਰਾਹੀਂ ਇੱਕ ਬਹੁਤ ਹੀ ਜ਼ਿਆਦਾ ਇੰਪੈਕਟਫੁਲ ਚੀਜ਼ ਦੇਖਣ ਨੂੰ ਮਿਲੀ ਔਰ ਉਹ ਸਟਰੋਂਗ ਚੀਜ਼ ਸੀਗੀ ਟੈਕਨੀਕਲ ਪੁਆਇੰਟ ਆਫ ਵਿਊ ਤੋਂ। ਆਹ ਫਿਲਮ ਦਾ ਕਲਰ, ਫਿਲਮ ਦੀ ਲਾਈਟਿੰਗ ਔਰ ਸਭ ਤੋਂ ਇੰਪੋਰਟੈਂਟ ਫਿਲਮ ਦਾ ਬੈਕਗਰਾਉਂਡ ਸਕੋਰ, ਅਗਰ ਇਹ ਤਿੰਨੋਂ ਚੀਜ਼ਾਂ ਨਹੀਂ ਹੁੰਦੀਆਂ, ਬਿਲੀਵ ਮੀ, ਇਹ ਫਿਲਮ ਬਹੁਤ ਵੀਕ ਹੋ ਜਾਂਦੀ। ਸ਼ੁਰੂਆਤ ਕਰਦੇ ਹਾਂ ਫਿਲਮ ਦੇ DOP ਤੋਂ ਯਾਨੀ ਕਿ ਰਵੀ ਕੁਮਾਰ ਤੋਂ। ਰਵੀ ਕੁਮਾਰ ਨੇ ਫਿਲਮ ਦੇ ਨਾਲ ਨਾਲ ਰੀਸੈਂਟਲੀ ਜਿਹੜਾ ਰਿਲੀਜੀਅਸ ਟ੍ਰੈਕ ਦਲਜੀਤ ਦੋਸਾਂਝ ਦਾ, ਉਸਦੇ ਵਿੱਚ ਵੀ ਬਤੌਰ DOP ਉਹਨਾਂ ਨੇ ਕੰਮ ਕੀਤਾ ਹੈ। ਇਸ ਤੋਂ ਸਿਵਾ ਕ੍ਰੈਡਿਟ ਜਾਂਦਾ ਹੈ ਉਹਨਾਂ ਦੀ ਪੂਰੀ ਟੀਮ ਟੈਕਨੀਸ਼ੀਅਨਸ ਦਾ ਵੀ, ਬਿਕੋਜ਼ ਇਟਸ ਵੈਰੀ ਡਿਫੀਕਲਟ ਉਸ ਵੈਦਰ ਦੇ ਵਿੱਚ ਉਸ ਫਿਲਮ ਨੂੰ ਸ਼ੂਟ ਕਰਨਾ ਔਰ ਉਹ ਕਲਰਸ ਜਿਹੜੇ ਦਿਖਾਏ ਆ ਨਾ, ਉਹ ਆਈ ਥਿੰਕ ਕੰਟੀਨਿਊਟੀ, ਇਹ ਥੋੜ੍ਹਾ ਜ਼ਿਆਦਾ ਡੀਪ ਹੋ ਗਿਆ, ਬਟ ਹੈਟਸ ਆਫ, ਬਹੁਤ ਅੱਛਾ ਮੈਨੂੰ CC ਲੱਗਾ ਫਿਲਮ ਦਾ। ਸੈਕਿੰਡ, BGM ਆਫ ਦ ਫਿਲਮ ਕੇਵਿਨ ਰੋਏ ਸਾਊਂਡ ਨੇ ਕੀਤਾ, ਅਮੇਜ਼ਿੰਗ ਅਮੇਜ਼ਿੰਗ। ਮੈਨੂੰ ਕਿਤੇ ਕੋਈ ਵੀ ਕੈਰੈਕਟਰ ਕੁਛ ਨਹੀਂ ਬੋਲਦਾ, ਸਿਰਫ ਉਹ ਇੱਕ ਦੂਸਰੇ ਨੂੰ ਦੇਖਦੇ ਆ ਔਰ ਫਿਰ ਜਿਹੜਾ ਬੈਕਗਰਾਊਂਡ ਸਕੋਰ ਚੱਲਦਾ ਹੈ ਨਾ, ਉਹ ਬਹੁਤ ਜ਼ਬਰਦਸਤ ਹੈ। ਦੈਟ ਇਜ਼ ਸੋ ਰੋਮਾਂਟਿਕ, ਕਿਊਟ, ਉਹ ਬਹੁਤ ਹੀ ਜ਼ਿਆਦਾ ਫਿਲਮ ਨੂੰ ਜਿਹੜਾ ਅਪਲਿਫਟ ਕਰ ਦਿੰਦਾ, ਉਹ ਸੀਨ ਨੂੰ ਜਿਹੜਾ ਅਪਲਿਫਟ ਕਰਦਾ, ਦੈਟਸ ਅਮੇਜ਼ਿੰਗ। ਆਫਟਰ ਕਾਲਾ ਸ਼ਾਲ ਕਾਲਾ ਤਾਂ ਮੈਨੂੰ ਬਿਲਕੁਲ ਉਮੀਦ ਨਹੀਂ ਸੀ, ਬਟ ਆਈ ਐਮ ਲਿਟਰਲੀ ਸਰਪ੍ਰਾਈਜ਼ਡ ਬਾਈ ਦਿਸ। ਥੈਂਕ ਗੋਡ ਇਹ ਹੈ ਸ਼ੁੱਕਰਵਾਰ, ਮਤਲਬ ਟੋਰਚਰ ਸ਼ੁੱਕਰਵਾਰ ਨਹੀਂ ਹੈ, ਇਟਸ ਆ ਸਮੂਥ, ਸਵੀਟ, ਗੁੱਡ ਸ਼ੁੱਕਰਵਾਰ। ਫਿਲਮ ਦੇ ਵਿੱਚ ਇੱਕ ਸੀਨ ਹੁੰਦਾ ਹੈ, ਮੈਂਟਲ ਹੋਸਪਿਟਲ ਦੇ ਇੱਕ ਪੇਸ਼ੈਂਟ ਨੂੰ ਓਕੇ ਸਰਟੀਫਿਕੇਟ ਮਿਲਦਾ ਹੈ ਔਰ ਉਸਨੂੰ ਹੋਸਪਿਟਲ ਤੋਂ ਬਾਹਰਲੀ ਦੁਨੀਆ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸੇਮ ਉਸੇ ਰਾਤ ਬੱਲੂ ਯਾਨੀ ਕਿ ਬੀਨੂ ਢਿੱਲੋਂ ਜਿਹੜੇ ਨੇ, ਉਹ ਵੀ ਹੋਸਪਿਟਲ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ ਔਰ ਉਹ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰਦੇ ਨੇ। ਜਿਸ ਕੰਧ ਤੋਂ ਟੱਪਣਾ ਚਾਹੁੰਦੇ ਨੇ ਉਸੇ ਕੰਧ ਤੋਂ ਉਹ ਸਵੇਰੇ ਗਿਆ ਪੇਸ਼ੈਂਟ ਵਾਪਸ ਆਉਂਦਾ ਹੈ ਔਰ ਆ ਕੇ ਉਹ ਬਹੁਤ ਸਵੀਟਲੀ ਇਹ ਕਹਿੰਦਾ ਆ ਕਿ ਦੇਖ ਬੱਲੂ, ਬਾਹਰਲੀ ਜਿਹੜੀ ਦੁਨੀਆ ਨਾ, ਉਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਚੱਲੀ ਹੈ। ਮਤਲਬ ਦਿਸ ਇਜ਼ ਅ ਵਨ ਲਾਈਨ, ਦਿਸ ਇਜ਼ ਅ ਸਟੇਟਮੈਂਟ ਐਂਡ ਦਿਸ ਇਜ਼ ਅ ਵੈਰੀ 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 ਬਿਗ ਸਟੇਟਮੈਂਟ। ਇਸ ਫਿਲਮ ਨੂੰ ਅਗਰ ਤੁਸੀਂ ਪ੍ਰਮੋਟ ਕਰਨਾ ਸੀ ਨਾ, ਮੈਂ ਯਕੀਨ ਦੱਸ, ਮਤਲਬ ਯਕੀਨ ਮੰਨਦੀ ਹਾਂ, ਜੇ ਤੁਸੀਂ ਇਸਨੂੰ ਮੈਂਟਲ ਹੈਲਥ ਦਾ ਟੋਪਿਕ ਰੱਖ ਕੇ ਪ੍ਰਮੋਟ ਕਰਦੇ, ਦਿਸ ਫਿਲਮ ਬ੍ਰਿੰਗਸ ਅ ਲੋਟ ਆਫ ਚੇਂਜ ਐਂਡ ਤੁਹਾਨੂੰ ਬਹੁਤ ਮੁਨਾਫਾ ਹੁੰਦਾ, ਕਿਉਂਕਿ ਇਹ ਸਬਜੈਕਟ ਲਾਈਨ ਬਹੁਤ ਖੂਬਸੂਰਤ ਸੀਗੀ, ਤੁਹਾਡੀ ਰਾਈਟਿੰਗ ਬਹੁਤ ਅੱਛੀ ਸੀਗੀ, ਛੋਟੀਆਂ ਛੋਟੀਆਂ ਚੀਜ਼ਾਂ, ਇਟਸ ਸੋ ਮੀਨਿੰਗਫੁਲ ਐਂਡ ਸਵੀਟ। ਪਰ ਆਈ ਡੋਂਟ ਨੋ ਕਿਉਂ ਨਹੀਂ ਇਸ ਫਿਲਮ ਨੂੰ ਪ੍ਰਮੋਟ ਕੀਤਾ ਗਿਆ ਇਸ ਐਂਗਲ ਦੇ ਨਾਲ, ਖਾਸ ਹੈ ਬਟ ਆਈ ਡੋਂਟ ਨੋ। ਟੂ ਦ ਫਿਲਮ, ਜਦੋਂ ਉਸ ਕੈਰੈਕਟਰ ਨੇ ਗੱਲ ਬੋਲੀ ਕਿ ਬਾਹਰਲੀ ਦੁਨੀਆ ਜ਼ਿਆਦਾ ਚੱਲੀ ਹੈ ਐਂਡ ਆਈ ਐਗਰੀ ਐਂਡ ਸਡਨਲੀ ਕਨੈਕਟ ਦ ਫਿਲਮ, ਰਿਮੈਂਬਰ ਲੋਕ 88 ਸੈਕਟਰ ਰਿਪੋਰਟਿੰਗ ਕਰਨ ਗਏ ਸੀ। ਕਰਦੇ ਫਿਲਮ ਦੇ ਰਾਈਟਰ, ਡਾਇਰੈਕਟਰ ਐਂਡ ਆਫਕੋਰਸ ਜਿਹਨਾਂ ਨੇ ਸਕਰੀਨ ਪਲੇ ਲਿਖਿਆ ਹੈ, ਅਮਰਜੀਤ ਸਿੰਘ ਦੀ। ਟੂ ਗੁੱਡ ਇਨਕੰਪੈਰੇਟਿਵਲੀ ਆਫ ਕਾਲਾ ਸ਼ਾਹ ਕਾਲਾ, ਦਿਸ ਫਿਲਮ ਇਜ਼
is something else. ਮੈਨੂੰ ਲੱਗ ਹੀ ਨਹੀਂ ਰਿਹਾ ਇਹ ਸੇਮ ਬੰਦੇ ਨੇ ਡਾਇਰੈਕਟ ਕੀਤੀ ਆ, ਬਿਕੋਜ਼ ਉਸ ਫਿਲਮ ਦੇ ਵਿੱਚ ਬਹੁਤ ਲੂਪ ਪੁਆਇੰਟ ਸੀਗੇ, ਬਹੁਤ ਹੀ ਜ਼ਿਆਦਾ ਇਸ਼ੂ ਸੀਗੇ ਇਸ ਫਿਲਮ ਦੇ ਵਿੱਚ ਟੈਕਨੀਕਲੀ ਵੀ ਔਰ ਹੋਰ ਵੀ ਬਹੁਤ ਸਾਰੀ ਚੀਜ਼ਾਂ ਤੋਂ, ਬਟ ਦਿਸ ਫਿਲਮ ਇਜ਼ ਐਕਚੁਅਲੀ ਵੈਰੀ ਸਮੂਦ ਫਿਲਮ, ਸੋ ਐਪਰੀਸ਼ੀਏਬਲ ਐਂਡ ਵੇਟ ਕਰ ਲੈਣਾ ਬਟ ਡੋਂਟ ਡੂ ਦ ਕੰਪਰੋਮਾਈਜ਼, ਕਿਉਂਕਿ ਤੁਹਾਡਾ ਹੁਣ ਲੈਵਲ ਸੈੱਟ ਹੋ ਗਿਆ ਦੀਆਂ ਲੋਕ ਫਿਲਮ ਨੂੰ ਕਮਰਸ਼ੀਅਲ ਪੁਆਇੰਟ ਆਫ ਵਿਊ ਤੋਂ ਹਿੱਟ ਔਫ ਫਲੋਪ ਮੰਨਦੇ ਨੇ, ਲੇਕਿਨ ਕਈ ਵਾਰ ਫਿਲਮਾਂ ਅੱਛੀਆਂ ਔਰ ਬੁਰੀਆਂ ਉਹਨਾਂ ਦੇ ਟੈਕਨੀਕਲ ਉਹਨਾਂ ਦੇ ਇਮੋਸ਼ਨਸ ਤੋਂ ਵੀ ਹੁੰਦੀਆਂ ਨੇ, ਐਂਡ ਦਿਸ ਫਿਲਮ ਇਜ਼ ਦੈਟ ਫਿਲਮ। ਬੰਦਾ ਚੱਲਾ ਹੋਵੇ ਜਾਂ ਨੋਰਮਲ ਹੋਵੇ, ਸਿੰਗਲ ਤੋਂ ਮਿੰਗਲ ਹਰ ਕੋਈ ਹੋਣਾ ਚਾਹੁੰਦਾ ਆ। ਉਹ ਸੋਹਣੀਏ ਮੇਰੀ ਪ੍ਰਿਤਪਾਲੋ, ਤੂੰ ਵੀ ਕਦੀ ਸਿੰਗਲ ਤੋਂ ਮਿੰਗਲ ਨੂੰ ਸੋਚ ਲੈ। ਸ਼ਰਾ ਜਦੋਂ ਨੀਨਾ ਪਹਿਲੀ ਵਾਰ ਬੱਲੂ ਨੂੰ ਮਿਲਦੀ ਹੈ ਨਾ, ਅਤੇ ਸਟਰੀਟ ਲਾਈਟਸ ਬੰਦ ਬੁੱਝ ਹੁੰਦੀ ਹੈ, ਰਿਮੈਂਬਰ ਜਿਵੇਂ 17 ਸੈਕਟਰ ਦਾ ਰੋਡ ਜਦੋਂ ਹੈ ਸਾਡੇ ਇੱਥੇ ਕਦੀ ਕੋਈ ਪ੍ਰੋਬਲਮ ਹੋ ਜਾਂਦੀ ਹੈ, ਸਪੈਸ਼ਲੀ ਜਦੋਂ ਬਾਰਿਸ਼ ਹੁੰਦੀ ਹੈ ਅਤੇ ਲਾਈਟਸ ਸਟਰੀਟ ਲਾਈਟ ਜਿਹੜੀਆਂ ਨੇ ਉਹ ਚੱਲਦੀਆਂ ਨੇ ਬੰਦ ਹੋ ਜਾਂਦੀਆਂ ਨੇ, ਇਟਸ ਦੈਟ ਫੀਲਿੰਗ। ਔਰ ਉਹ ਬਹੁਤ ਬਲੱਸ਼ ਕਰਦੀ ਹੈ, ਨਹੀਂ ਨਹੀਂ ਉਹ ਬਲੱਸ਼ ਨਹੀਂ ਕਰਦੀ, ਸੋਰੀ 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 ਉਹ ਬਲੱਸ਼ ਨਹੀਂ ਕਰਦੀ, ਆਈ ਡੋਂਟ ਨੋ ਵਾਈ ਬਲੱਸ਼। ਸਕਰੀਨ ਪਲੇ ਕਾਫੀ ਜ਼ਿਆਦਾ ਨਾ ਲੂਜ਼ ਔਰ ਤੁਸੀਂ ਸਮੂਦ ਵੀ ਕਹਿ ਸਕਦੇ ਹੋ, ਕਿਉਂਕਿ ਫਸਟ ਹਾਫ ਤਾਂ ਕਾਫੀ ਜ਼ਿਆਦਾ ਇੰਪੈਕਟਫੁਲ ਹੈ, ਸਟਰੋਂਗ ਹੈ ਔਰ ਪੈਕ ਵੀ ਹੈ, ਲੇਕਿਨ ਸੈਕਿੰਡ ਹਾਫ ਆਉਂਦੇ ਆਉਂਦੇ ਨਾ ਫਿਲਮ ਬਹੁਤ ਜਗ੍ਹਾ ਡਿੱਗ ਜਾਂਦੀ ਹੈ ਫਿਲਮ ਤੋਂ, ਮਤਲਬ ਤੁਸੀਂ ਸੋਚਦੇ ਹੋ ਕਿ ਲੈਟਸ ਹੈਵ ਅ ਪਿਕਚਰ ਆਲਸੋ ਜਾਂ ਮੈਂ ਸਕਰੋਲ ਕਰਨਾ ਇੱਕ ਅੱਧੇ ਮਿੰਟ ਦੇ ਲਈ, ਕਿਉਂਕਿ ਬਹੁਤ ਜ਼ਿਆਦਾ ਵਟ ਇਟ ਕਾਲਡ ਮਤਲਬ ਉਹੀ ਚੀਜ਼ਾਂ ਬਾਰ ਬਾਰ ਰਿਪੀਟ ਹੋ ਰਹੀਆਂ ਹੁੰਦੀਆਂ ਹੈ ਨਾ, ਸੇਮ ਚੀਜ਼ਾਂ, ਬਟ ਸਟਿਲ ਆਈ ਥਿੰਕ ਯੂ ਸ਼ੁਡ ਗੋ ਐਂਡ ਵਾਚ ਦ ਫਿਲਮ। ਸੋਰੀ ਆ ਗੰਦੇ ਬੰਦੇ ਫਰੈਂਡ ਨਾਲ ਤਾਂ ਅੱਛੀ ਹੈ, ਬਿਲੀਵ ਮੀ ਆਈ ਐਮ ਸੀਰੀਅਸ, ਯੂ ਜਸਟ ਗੋ ਐਂਡ ਵਾਚ। ਐਂਡ ਇੱਕ ਹੋਰ ਗੱਲ, ਇੰਪੋਰਟੈਂਟ ਗੱਲ ਆ, ਮੈਨੂੰ ਥਰੂ ਆਊਟ ਦ ਫਿਲਮ ਕਿਤੇ ਵੀ ਨੀਨਾ ਪੀਸੀ ਵਰਗੀ, ਯਾਨੀ ਕਿ ਬਰਫੀ, ਵਾਈ ਪੀਪਲ ਕਾਲ ਇਟ ਬਰਫੀ, ਇਟਸ ਬਰਫੀ ਰਾਈਟ, ਬਰਫੀ ਫਿਲਮ ਆ, ਬਰਫੀ ਨਹੀਂ ਆ। ਨੋ ਆਡੀਅੰਸ ਜਦੋਂ ਫਿਲਮ ਦੇਖਣ ਜਾਂਦੀ ਹੈ ਤਾਂ ਉਹਨਾਂ ਦਾ ਦਾਇਰਾ ਹੀ ਉਹਨਾਂ, ਜਾਂ ਫਿਰ ਉਹ ਐਕਸੈਪਟ ਨਹੀਂ ਕਰ ਪਾਉਂਦੀ, ਜਾਂ ਫਿਰ ਨਵੇਂ ਕੈਰੈਕਟਰ ਨੂੰ ਸਪੇਸ ਨਹੀਂ ਦੇ ਪਾਉਂਦੀ। ਸ਼ੀ ਡਿਡ ਅ ਵੈਰੀ ਗੁੱਡ ਜੋਬ ਔਰ ਉਹਨੇ ਆਪਣਾ ਇੱਕ ਰਿਮਾਰਕ ਬਣਾਇਆ ਹੈ, ਸੋ ਆਈ ਡੋਂਟ ਫੀਲ, ਇੱਕ ਜਗ੍ਹਾ ਵੀ ਮੈਨੂੰ ਇੱਦਾਂ ਲੱਗਾ ਉਹਨੂੰ ਦੇਖ ਕੇ ਕਿ ਯਾਰ ਇਹ ਨੀਨਾ ਦਾ ਕੈਰੈਕਟਰ ਜਿਹੜਾ ਆ ਉਹ ਬਰਫੀ ਦੀ ਪਤਾ ਨਹੀਂ ਬਰਫੀ ਦੀ ਪ੍ਰਿਯੰਕਾ ਚੋਪੜਾ ਵਰਗਾ, ਆਈ ਡਿਡਨਟ ਫਾਊਂਡ ਇਟ। ਆਲਦੋ ਆਈ ਲਾਈਕ ਬੀਨੂ ਢਿੱਲੋਂ ਪਰਫੋਰਮੈਂਸ, ਮੈਨੂੰ ਕਦੀ ਜ਼ਿੰਦਗੀ 'ਚ ਨਹੀਂ ਲੱਗਾ ਸੀਗਾ ਕਿ ਮੈਂ ਬੀਨੂ ਢਿੱਲੋਂ ਨੂੰ ਅਗਰ ਰੋਮਾਂਸ ਕਰਦਾ ਵੇਖਾਂਗੀ ਤਾਂ ਮੈਂ ਕਨੈਕਟ ਕਰ ਪਾਵਾਂਗੀ, ਬਟ ਜੋ ਉਹਨਾਂ ਦਾ ਕੈਰੈਕਟਰ ਲਿਖਿਆ ਹੈ, ਔਰ ਆਈ ਐਪਰੀਸ਼ੀਏਟ ਕਿ ਇਸ ਉਮਰ ਦੇ ਵਿੱਚ ਵੀ ਆ ਕੇ, ਉਮਰ ਇਨ ਟਰਮਸ ਆਫ 25 ਸਾਲ ਤੁਸੀਂ ਅਗਰ ਲਗਾਤਾਰ ਕੋਮੇਡੀ ਕਰੋਗੇ ਹੈ ਨਾ, ਇੰਨਾ ਕੋਮੇਡੀ ਕਰਨ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੇ ਕਿਊਟ ਐਕਸਪ੍ਰੈਸ਼ਨਸ ਔਰ ਜੋ ਬੈਕਗਰਾਊਂਡ ਮਿਊਜ਼ਿਕ ਚੱਲ ਰਿਹਾ ਹੈ ਉਸ ਦੇ ਨਾਲ ਸੇ ਰਿਲੇਟ ਕਰ ਪਾਓ, ਦਿਸ ਇਜ਼ ਆਲਸੋ ਅ ਵੈਰੀ ਗੁੱਡ ਥਿੰਗ, ਔਰ ਇਹ ਐਜ਼ ਐਨ ਐਕਟਰ ਬਹੁਤ ਬੜਾ ਕੰਪਲੀਮੈਂਟ, ਆਈ ਥਿੰਕ ਟੇਕ ਇਟ ਇਨ ਅ ਪੋਜ਼ਿਟਿਵ ਮੈਨਰ, ਬਹੁਤ ਬੜਾ ਕੰਪਲੀਮੈਂਟ ਹੈ, ਸੋ ਆਈ ਲਾਈਕ ਇਟ। ਮੈਨੂੰ ਦੇਖੋ ਬੰਦਾ ਜਿਹੜਾ ਹੁੰਦਾ ਨਾ ਉਹ ਝੱਲਾ ਹੋਵੇ ਜਾਂ ਫਿਰ ਉਹ ਬਹੁਤ ਸਿਆਣਾ ਹੋਵੇ, ਜਨਾਨੀ ਨੇ ਝੂਠ ਬੋਲਣ ਲੱਗੇ ਨਹੀਂ ਸੋਚਦਾ, ਮਤਲਬ ਉਹਦੇ ਬੀ ਔਰ ਐਨ ਲਿਖਿਆ ਸੀ, ਉਹਦੀ ਪੁਰਾਣੀ ਗਰਲਫ੍ਰੈਂਡ ਦਾ ਨਾਮ ਵੀ ਐਨ ਤੋਂ ਸੀ, ਕੁਦਰਤ ਦੀ ਨਵੀਂ ਗਰਲਫ੍ਰੈਂਡ ਦਾ ਵੀ ਨਾਮ ਐਨ ਤੋਂ ਸੀ, ਤਾਂ ਉਹ ਬੰਦੇ ਨੇ ਉਸ ਟਾਈਮ ਦੱਸਦਾ ਕਿ ਬੱਲੂ ਐਂਡ ਨੀਨਾ, ਅਗਰ ਕਿਤੇ ਉਹ ਮਤਲਬ ਉਹਦੀ ਗਰਲਫ੍ਰੈਂਡ ਦਾ ਨਾਮ ਐਨ ਤੋਂ ਨਹੀਂ ਹੁੰਦਾ ਨਾ, ਮਾਂ ਕਸਮ ਟਾਟੂ ਹਟਵਾਉਣ ਦੇ ਵਿੱਚ ਬਹੁਤ ਦਰਦ ਹੁੰਦਾ ਹੈ, ਬਟ ਦਿਸ ਇਜ਼ ਵੈਰੀ ਗੁੱਡ। ਚਲੋ ਫਿਲਮ ਦੇ ਵਿੱਚ ਦਿਖਾ ਤਾ, ਬਟ ਰੀਅਲ ਲਾਈਫ ਕਾਫੀ ਲੋਕਾਂ ਨੂੰ ਦਰਦ ਸਹਿਣਾ ਪੈਂਦਾ। ਆਲਦੋ ਨੋ ਆਈ ਹੈਵ ਮਾਈ ਮਦਰਸ ਨੇਮ ਯਾ ਐਡਾ ਐਡਾ ਐਡੇ ਤੋਂ ਹੁੰਦਾ, ਕਾਂਟ ਹੈਲਪ ਇਟ। ਜਦੋਂ ਇੱਕ ਸੀਨ ਆਉਂਦਾ ਜਿੱਥੇ ਬੀਨੂ ਢਿੱਲੋਂ ਨੂੰ ਡਾਕਟਰਸ ਜਿਹੜੇ ਪਹਿਲੀ ਵਾਰ ਪੁੱਛਦੇ ਆ ਕਿ ਭਰਾ ਤੂੰ ਠੀਕ ਆ ਕਿ ਨਹੀਂ ਆ, ਅਤੇ ਉਹ ਬਾਹਰ ਜਦੋਂ ਦੇਖਦਾ ਆ ਅਤੇ ਉਹਨੂੰ ਭੰਗੜ 'ਚ ਹੀ ਦਿਖ ਰਿਹਾ, ਦੈਟ ਵਾਜ਼ ਦਾ ਸੀਨ, ਮੈਨੂੰ ਮਤਲਬ ਆਈ ਲਾਈਕ ਦੈਟ, ਮੈਨੂੰ ਵਧੀਆ ਲੱਗਾ ਉਹ ਚੀਜ਼, ਹੈ ਨਾ। ਮੈਨੂੰ ਵੀ ਕਦੀ ਕਦੀ ਮੇਰੀ ਜਿਹੜੀ ਬੌਸ ਜਦੋਂ ਕੁਝ ਬਹੁਤ ਚੀਜ਼ ਬੋਲਦੀ ਸੀ ਮੈਨੂੰ ਜੋਕਰ ਲੱਗਦੀ ਸੀਗੀ, ਸੋ ਪਤਾ ਨਹੀਂ ਪਰ ਮੈਂ ਰਿਲੇਟ ਕੀਤਾ ਕਿ ਸ਼ਾਇਦ ਇੱਦਾਂ ਹੁੰਦਾ ਹੋਵੇ। ਮੈਂਟਲ ਹੈਲਥ ਇਜ਼ ਇਕੁਅਲ ਇੰਪੋਰਟੈਂਟ ਟੂ ਫਿਜ਼ੀਕਲ ਹੈਲਥ, ਜੋ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਸਕਰੀਨ ਪਲੇ ਦੇ ਵਿੱਚ ਖਾਸ ਕਰਕੇ ਇਸ ਮੈਸੇਜ ਨੂੰ ਪਾਇਆ ਗਿਆ ਹੈ, ਪਾਇਆ ਮਤਲਬ ਵਿੱਚ ਪਾਇਆ ਉਹਦੇ, ਰਾਈਟ। ਮੈਨੂੰ ਬਸ ਇਸ ਚੀਜ਼ ਦੀ ਅਫਸੋਸ ਹੁਣ ਹੋ ਰਹੀ ਹੈ, ਬਟ ਹੋ ਸਕਦਾ ਕਿ ਫਿਊਚਰ ਦੇ ਵਿੱਚ ਇਹ ਬਿਹਤਰ ਹੋ ਜਾਏ, ਕਿ ਹੁਣ ਜਿੰਨੀ ਮਿਹਨਤ ਨਾਲ ਅਸੀਂ ਆਪਣੀ ਫਿਲਮ ਬਣਾਉਂਦੇ ਹਾਂ ਨਾ, ਜੇ ਤੁਹਾਡੀ ਫਿਲਮ ਚੰਗੀ ਹੈ ਖਾਸ ਕਰਕੇ ਇਸ ਤਰ੍ਹਾਂ ਦੀ ਫਿਲਮ, ਤਾਂ ਪਲੀਜ਼ ਤੁਸੀਂ ਉਹਨੂੰ ਪ੍ਰਮੋਸ਼ਨ ਵੀ ਉਨੀ ਹੀ ਸ਼ਿੱਦਤ ਦੇ ਨਾਲ ਕਰੋ, ਲਰਨ ਇਟ ਫਰੋਮ ਏ ਗ੍ਰੇਡ ਐਕਟਰਸ ਜਿਸ ਤਰ੍ਹਾਂ ਉਹ ਕਰਦੇ ਨੇ, ਯੂ ਪੀਪਲ ਆਰ ਆਲਸੋ ਏ ਗ੍ਰੇਟ, ਬਟ ਸਲੋਲੀ ਸਲੋਲੀ ਆਪਾਂ ਚੀਜ਼ਾਂ ਸਿੱਖਦੇ ਹਾਂ। ਇਹਦੇ ਨਾਲ ਦੇਖੋ ਬਾਕਸ ਆਫਿਸ 'ਤੇ ਬਹੁਤ ਫਰਕ ਪਏਗਾ, ਕਮਰਸ਼ੀਅਲੀ ਤੁਹਾਡੀ ਜੇਬ 'ਚ ਪੈਸਾ ਆਊਗਾ, ਔਰ ਇੱਕ ਅੱਛਾ ਪ੍ਰੋਡਕਟ ਜਿਹੜਾ ਉਹ ਲੋਕਾਂ ਤੱਕ ਪਹੁੰਚੇਗਾ। ਸੋ ਚੰਗੀ ਫਿਲਮ ਬਣਾਉਣ ਦੇ ਨਾਲ ਨਾਲ ਜੇ ਆਪਾਂ ਥੋੜ੍ਹਾ ਜਿਹਾ ਮਾਰਕੀਟਿੰਗ ਸਟ੍ਰੈਟਜੀ ਬਾਰੇ ਵੀ ਸੋਚੀਏ, ਹਾਊ ਟੂ ਪ੍ਰਮੋਟ ਯੋਰ ਫਿਲਮ, ਤਾਂ ਉਹ ਬੈਟਰ ਹੈਗਾ। ਔਰ ਦੂਸਰੀ ਗੱਲ, ਹਰ ਸ਼ਹਿਰ ਦੇ ਵਿੱਚ ਜਾਣਾ, ਇੰਨਾ ਐਕਟਰਸ ਨੂੰ ਸਟ੍ਰੈਸ ਦੇਣਾ ਇਜ਼ ਨੋਟ ਅ ਪ੍ਰਮੋਸ਼ਨ,
ਰਾਈਟ ਉੱਥੇ ਲੋਕ ਸਿਰਫ ਤਸਵੀਰਾਂ ਖਿਚਾਉਣ ਆਉਂਦੇ ਆ ਤੁਹਾਡੇ ਨਾਲ, ਇਹ ਤੁਹਾਨੂੰ ਵੀ ਪਤਾ ਔਰ ਮੇਰਾ ਨਿੱਜੀ ਐਕਸਪੀਰੀਅੰਸ ਵੀ ਰਿਹਾ ਹੈ. ਸੋ ਟਰਾਈ ਸਮਥਿੰਗ ਐਲਸ ਫੋਰ ਪ੍ਰਮੋਟਿੰਗ ਯੋਰ ਫਿਲਮਸ. ਪ੍ਰਿਤਪਾਲ ਫ੍ਰੀ ਚ ਕਰ ਦੇਂਗੇ ਸਾਡੇ ਲਈ? ਹਾਂ, ਮੈਂ ਡੈਫੀਨਿਟਲੀ ਆਈ ਕੈਨ ਰਾਈਟ ਇਟ ਫੋਰ ਯੂ ਫ੍ਰੀ. ਓਕੇ, ਆਈ ਕੈਨ ਡੂ ਦੈਟ. ਪਤਾ ਨਹੀਂ ਸਿਨੇਮਾ ਲਈ ਲੋਕ ਮੇਰੇ ਤੋਂ ਕੀ ਕਰਾਉਣਗੇ ਯਾਰ, ਬਸ ਕਰੋ. ਐਸਾ ਨਹੀਂ ਕਿ ਫਿਲਮ 100% ਹੀ ਠੀਕ ਹੈ, ਬਟ ਫਿਲਮ ਦੇ ਵਿੱਚ ਫਲੋ ਬਹੁਤ ਸਾਰੇ ਨੇ, ਬਹੁਤ ਸਾਰੀ ਜਗ੍ਹਾ, ਜਿਵੇਂ ਲਿਪਸਟਿਕ ਉੱਤੇ ਲਿਪਸਟਿਕ ਜਿਹੜੀ ਆ ਉਹ ਟੀਥ ਉੱਤੇ ਲੱਗੀ ਹੋਈ ਹੈ, ਮੇਕਅਪ ਬਦਲ ਜਾਂਦਾ ਜਦੋਂ ਇੰਡੀਆ ਦੇ ਵਿੱਚੋਂ ਲਾਸਟ ਗਾਣਾ ਸ਼ੂਟ ਹੁੰਦਾ ਹੈ, ਕਰਾਊਡ ਇੱਕਦਮ ਬੀ ਗ੍ਰੇਡ ਕਰਾਊਡ ਆ ਜਾਂਦਾ, ਪਤਾ ਲੱਗਦੀਆਂ ਛੋਟੀਆਂ ਛੋਟੀਆਂ ਚੀਜ਼ਾਂ, ਹੇਅਰ ਡੂਜ਼ ਬਦਲ ਰਹੇ ਨੇ, ਕਲਰਸ ਜਿਹੜੇ ਬੇਸ ਕਲਰ ਜਿਹੜਾ ਬੀਨੂ ਢਿੱਲੋਂ ਦਾ ਮੇਕਅਪ ਬੇਸ ਕਲਰ ਉਹ ਬਦਲ ਰਿਹਾ ਹੈ, ਹੇਅਰ ਡੂ ਬਦਲ ਜਾਂਦੇ ਬਿਕੋਜ਼ ਉਹ ਬਾਅਦ ਦੇ ਸੀਨਸ ਹੈ, ਇਟਸ ਓਕੇ. ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਅਪ ਕਰਦਾ ਫਿਲਮ ਦਾ ਮਿਊਜ਼ਿਕ ਔਰ ਬੈਕਗਰਾਊਂਡ ਸਕੋਰ. ਓਨੈਸਟਲੀ ਫਿਲਮ ਦੇਖਣ ਤੋਂ ਪਹਿਲਾਂ ਮੈਂ ਫਿਲਮ ਦਾ ਮਿਊਜ਼ਿਕ ਨਹੀਂ ਸੁਣਿਆ ਸੀ, ਮੈਂ ਗਾਣੇ ਬਹੁਤ ਰੇਅਰ ਸੁਣੇ ਸੀਗੇ, ਬਟ ਫਿਲਮ ਦੇ ਵਿੱਚ ਯਾਰ ਗਾਣੇ ਬਹੁਤ ਸਵੀਟ ਨੇ, ਕਾਫੀ ਅੱਛੇ ਗਾਣੇ ਨੇ. ਹੁਣ ਮੈਂ ਕੀ ਕਰਾਂ ਯਾਰ, ਮੈਨੂੰ ਅੱਛੇ ਲੱਗੇ. ਹਾਂ, ਮੈਨੂੰ ਪਸੰਦ ਆਏ. ਆਈ ਲਾਈਕ ਕੁਛ ਬੋਲ ਕੁਛ ਬੋਲਵੇ ਅਫਸਾਨਾ ਦਾ ਟਾਈਟਲ ਟਰੈਕ ਮੈਨੂੰ ਬਹੁਤ ਅੱਛਾ ਲੱਗਾ. ਕੂੜਾ ਕਰਕਟ ਫਰਾਈਡੇਜ਼ ਔਰ ਸਟੂਪਿਡ ਰੋਮਾਂਸ ਔਰ ਈਡੀਅਟ ਕਰੈਕਟਰਸ ਜਿਹੜੇ ਮੈਂ ਦੇਖਦੀ ਹਾਂ ਨਾ, ਮਤਲਬ ਮੇਰੇ ਤਾਂ ਦਿਲ ਨੂੰ ਠੰਡਕ ਪੈ ਗਈ ਇਸ ਫਿਲਮ ਨੂੰ ਦੇਖਣ ਤੋਂ ਬਾਅਦ, ਦੈਟ ਆਈ ਲਵਡ ਇਟ. ਜਿਸ ਤਰ੍ਹਾਂ ਬਾਕੀ ਪਰਫੋਰਮੈਂਸਿਸ ਦੀ ਗੱਲ ਕੀਤੀ ਜਾਵੇ ਤਾਂ ਪਵਨ ਮਲਹੋਤਰਾ ਫਿਲਮ ਦੇ ਵਿੱਚ ਉਹ ਆ ਜਾ ਰਹੇ ਸੀਗੇ, ਹਾਲਾਂਕਿ ਉਹਨਾਂ ਦਾ ਆਉਣਾ ਜਾਣਾ ਵੀ ਕਾਫੀ ਜ਼ਿਆਦਾ ਇੰਪੈਕਟਫੁਲ ਸੀਗਾ ਸਕਰੀਨ 'ਤੇ, ਬਟ ਜਦੋਂ ਕਲਾਈਮੈਕਸ ਆਇਆ ਔਰ ਉਹਨਾਂ ਨੇ ਇੱਕ ਇਮੋਸ਼ਨਲੀ ਆਪਣੀ ਘਰ ਦੀ ਸਿਚੁਏਸ਼ਨ ਨੂੰ ਦੱਸਿਆ, ਤਾਂ ਮੈਨੂੰ ਲੱਗਾ ਯੈਸ ਨਾਓ ਪੈਸਾ ਵਸੂਲ. ਜਿਸ ਨੋਸ਼ਨ ਦੇ ਨਾਲ ਉਹਨਾਂ ਨੇ ਆਪਣਾ ਇਮੋਸ਼ਨ ਦਿਖਾਇਆ, ਦੈਟ ਇਜ਼ ਵੈਰੀ ਨਾਈਸ. ਜਤਿੰਦਰ ਕੌਰ ਇਜ਼ ਆਲਸੋ ਵੈਰੀ ਗੁੱਡ, ਡਿੰਪੀ, ਹਰਬੀ ਸੰਘਾ, ਬਨੀ, ਦੇ ਆਲ ਆਰ ਵੈਰੀ ਨਾਈਸ. ਡਬਿੰਗ ਦੀ ਪ੍ਰੋਬਲਮ ਇਹ ਸੀਗੀ ਕਿ ਜਿੱਥੇ ਸਪੋਜ਼ ਇੱਕ ਜਗ੍ਹਾ ਉਹਨਾਂ ਨੇ ਬੋਲਿਆ ਪਿਆਰ ਚਾਹੀਦਾ ਕਿ ਮੌਤ, ਠੀਕ ਹੈ, ਲੇਕਿਨ ਜਦੋਂ ਡਬਿੰਗ ਹੋਈ ਤਾਂ ਉਹਨਾਂ ਨੇ ਪੁੱਛਿਆ ਕਿ ਪਿਆਰ ਚਾਹੀਦਾ ਕਿ ਜ਼ਿੰਦਗੀ. ਬਹੁਤ ਸਾਰੇ ਮਤਲਬ ਪਤਾ ਲੱਗ ਰਿਹਾ ਸੀਗਾ ਕਿ ਇੱਦਾਂ ਦੀ ਕਰਪਟ ਜਿਹੜੀ ਇਹ ਚੀਜ਼ਾਂ ਹੋਈਆਂ ਹੋਈਆਂ ਨੇ. ਜਿਹੜਗੁਣ ਦੀ ਫਰੈਂਡ ਨੇ ਜੋ ਕੈਰੇਕਟਰ ਨੇ, ਮੈਂ ਉਹਨਾਂ ਦੇ ਸਾਰੇ ਡਾਇਲੋਗਸ ਉਹ ਬੰਦੀ ਬੋਲ ਕੁਛ ਰਹੀ ਹੈ, ਪਰ ਫਾਈਨਲ ਆਊਟਪੁੱਟ ਦੇ ਵਿੱਚ ਉਹ ਕੁਛ ਹੋਰ ਬੋਲ ਰਹੇ ਨੇ. ਆਈ ਡੋਨਟ ਨੋ ਵਾਈ ਆਮ ਸੋ ਸੀਰੀਅਸ ਰਾਈਟ ਨਾਓ. ਸਮਾਈਲ ਦਾ 2-3 ਥਿੰਗਸ ਜੋ ਮੈਨੂੰ ਫਿਲਮ 'ਚ ਬਹੁਤ ਪਸੰਦ ਆਈਆਂ. ਨੰਬਰ 1, ਦ ਸੀਸੀ ਆਫ ਦ ਫਿਲਮ. ਨੰਬਰ 2, ਦ ਸਟੋਰੀ ਐਂਡ ਦ ਇਮੋਸ਼ਨ ਆਫ ਦ ਫਿਲਮ. ਆਈ ਲਾਈਕ ਇਟ. ਇਸ ਤਰ੍ਹਾਂ ਦੀਆਂ ਫਿਲਮਾਂ ਪੰਜਾਬੀ ਸਿਨੇਮਾ 'ਚ ਨਹੀਂ ਬਣਦੀਆਂ. ਨੰਬਰ 3, ਦ ਪਰਫੋਰਮੈਂਸਿਸ ਆਫ ਦ ਫਿਲਮ. ਸਪੈਸ਼ਲ ਮੈਂਸ਼ਨ ਟੂ ਦ ਲੀਡ ਐਕਟਰਸ ਜੋ ਕਿ ਹੈ ਸਰਗੁਣ ਮਹਿਤਾ ਐਂਡ ਬੀਨੂ ਢਿੱਲੋਂ. ਅਗੇਨ, ਮੈਂਟਲ ਹੈਲਥ ਇਜ਼ ਈਕੁਅਲੀ ਇੰਪੋਰਟੈਂਟ ਲਾਈਕ ਅ ਫਿਜ਼ੀਕਲ ਹੈਲਥ. ਜੋ ਕਿਸਮਤ ਵਿੱਚ ਲਿਖਿਆ ਨਾ ਉਹ ਮਿਲ ਹੀ ਜਾਂਦਾ ਹੈ. ਪਿਆਰ ਕੁਛ ਨਹੀਂ ਦੇਖਦਾ. ਦੀਸ ਕਾਈਂਡ ਆਫ ਬਿਊਟੀਫੁਲ ਐਂਡ ਇੰਪੈਕਟਫੁਲ ਡਾਇਲੋਗਸ ਰਿਟਨ ਬਾਏ ਰਾਕੇਸ਼ ਧਵਨ, ਉਹ ਫਿਲਮ ਦੇ ਵਿੱਚ ਐਕਟਿੰਗ ਕਰਦੇ ਵੀ ਨਜ਼ਰ ਆ ਰਹੇ ਨੇ. ਇਸ ਸਾਲ ਉਹਨਾਂ ਦੀ ਬਹੁਤ ਸਾਰੀ ਫਿਲਮਾਂ ਆਈਆਂ ਜਿਸ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਕਾਫੀ ਬੈਡ ਰਾਈਟਿੰਗ ਸੀਗੀ ਫਿਲਮ ਬੈਂਡ ਬਾਜੇ ਦੇ ਵਿੱਚ, ਪਰ ਉਸ ਤੋਂ ਬਾਅਦ ਥਰੂ ਆਊਟ ਦ ਈਅਰ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਐਂਡ ਫਾਈਨਲੀ I like this copy and dialogue. So of course a must watch hai je tusi emotional ho, sensitive ho aur har bande nu equally pyar na vekhde ho ta, aur je tusi kooda kadkat dekhan di sanu aadat nahi hai ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਪਸੰਦ ਆਏਗੀ. ਔਰ ਫਿਰ ਅਗਰ ਤੁਸੀਂ ਉਹੀ ਸਟੂਪਿਡ ਫਰਾਈਡੇਜ਼ ਵਰਗੀ ਦੇਖਦੇ ਹੋ ਕਿ ਫਿਲਮ ਸਿਰਫ ਹਸਾ ਲੇ ਔਰ ਫਿਲਮ ਸਿਰਫ, ਦੈਨ ਆਈ ਡੋਂਟ ਨੋ, ਬਟ ਮੇਰੇ ਵੱਲੋਂ ਯੈਸ ਟੂ ਦਿਸ ਫਿਲਮ. ਥੈਂਕ ਯੂ ਸੋ ਮੱਚ. ਐਂਡ ਲਾਸਟ, ਆਈ ਨੋ ਮੈਂ ਰਿਪਲਾਈ ਨਹੀਂ ਕਰਦੀ ਹਾਂ ਕਦੀ ਵੀ ਕਿਸੇ ਗੱਲ ਦਾ, ਦੈਟ ਇਜ਼ ਕਿ ਐਪੀਸੋਡਸ ਨਹੀਂ ਆ ਰਹੇ. ਮੈਂ ਸਟਾਰਟ ਕੀਤੇ ਪਹਿਲੇ 2-3 ਦਿਨ ਆਏ, ਫਿਰ ਨਹੀਂ ਆਏ. ਮੈਂ ਕਿਸੇ ਰੇਸ ਵਿੱਚ ਨਹੀਂ ਹਾਂ, ਪਹਿਲੀ ਗੱਲ. ਸੋ ਮੈਨੂੰ ਇੱਦਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ. ਹਾਂ, ਪੀਪਲ ਆਰ ਐਕਸਪੈਕਟਿੰਗ ਮੈਨੂੰ, ਪਲੀਜ਼, ਮੈਂ ਬਹੁਤ ਸੈਂਸਿਟਿਵ ਹੋ ਜਾਂਦੀ ਹਾਂ ਜਦੋਂ ਮੈਨੂੰ ਇਸ ਤਰ੍ਹਾਂ ਦਾ ਪ੍ਰੈਸ਼ਰ ਮਿਲਦਾ ਕਿ ਕੁਛ ਨਹੀਂ ਕਰ ਰਹੀ ਹੋ, ਕੁਛ ਕਰ ਰਹੀ ਹੋ, ਕਿਆ ਚੱਲ ਰਿਹਾ, ਆਈ ਡੋਂਟ ਨੋ. ਬਟ ਹਾਂ, ਮੈਂ ਆਪਣੇ ਵੱਲੋਂ ਬੈਸਟ ਇਨਪੁੱਟ ਦੇਣ ਦੀ ਕੋਸ਼ਿਸ਼ ਕਰਦੀ ਹਾਂ, ਬੈਸਟ ਆਊਟਪੁੱਟ ਉਸ ਦੇ ਵਿੱਚੋਂ ਆਵੇ. ਡਰੈਸ ਤੁਸੀਂ ਚਾਰਾਂ ਨੂੰ ਸਬਸਕ੍ਰਾਈਬ ਕਰ ਦਿਓ, ਅਪਡੇਟਸ ਮਿਲਦੀਆਂ ਰਹਿਣਗੀਆਂ. ਔਰ ਚੱਲੇ ਵੇਖਣ ਜ਼ਰੂਰ ਜਾਇਓ, ਕਿਉਂਕਿ ਫਿਲਮਾਂ ਤੁਹਾਡੇ ਲਈ ਹੀ ਬਣਦੀਆਂ ਨੇ ਔਰ ਅੱਛੀਆਂ ਫਿਲਮਾਂ ਨੂੰ ਹਮੇਸ਼ਾ ਸਪੋਰਟ ਕਰਨਾ ਚਾਹੀਦਾ. ਥੈਂਕ ਯੂ ਸੋ ਮੱਚ. ਦਿਸ ਇਜ਼ ਮੀ ਪ੍ਰਿਤਪਾਲ ਕੌਰ, ਫਾਈਨਲੀ ਸਾਈਨਿੰਗ ਆਊਟ. ਥੈਂਕ ਯੂ, ਬਾਏ.